नहीं नहीं हाले नहीं बैटरी हाले खाड़ क्यों पहला तो धन्यवाद जी सर थोड़ा बहुत बहुत सानू बोलने का मौका दिता जी। बाकी सानू सर अज 4 लाख रुपए का चैक मिले जी ग्राम पंचायत पिंड महमदपुर नू ये सर गलियां नालियां वास्ते मिले जी ते असी अगे वास्ते भी MLA साहब नू क्योंकि 4 लाख नाल साडा सर गुजारा थोड़ा जिहा मुश्किल है जी क्योंकि साडे पिंड दा गलियां नालियां दी बड़ी दिक्कत है सर। असी किन्ने दा एस्टीमेट सी तुहाडा तकरीबन सर 10 लाख रुपए दा जी 10 लाख। हां जी होर किहड़े किहड़े काम ने प्रायोरिटी दे होण वाले पहले साडे पिंड सर इंटरलॉक दा काम भी बहुत जरूरी है क्योंकि साडे पिंड दे विच तकरीबन 70% ਜਿਹੜਾ ਸਾਡੇ ਪਿੰਡ ਦਾ ਜੀ ਹੈਗਾ ਹਿੱਸਾ ਉਹ ਸਾਰੇ ਇੰਟਰਲੌਕ ਤੋਂ ਬਣ ਜਾਈ ਹੈ ਜੀ। ਤੇ ਹੋਰ ਜਿਹੜਾ ਐਲਾਨ ਹੋਇਆ ਲਾਲ ਲਕੀਰ ਦੇ ਉਦੋਂ ਕਿੱਦਾਂ ਦੇਖ ਰਹੇ ਹੋ ਉਹ ਸਰ ਬਹੁਤ ਵਧੀਆ ਇੱਕ ਸਟੈਪ ਆ ਜੀ ਕਿਉਂਕਿ ਦੇਖੋ ਜੀ ਜਿਹੜੇ ਬੰਦੇ ਬੇਜ਼ਮੀਨੇ ਨੇ ਹਨਾ ਜੀ ਉਹਨਾਂ ਨੂੰ ਬੜੇ ਤਰ੍ਹਾਂ ਦੀ ਦਿੱਕਤ ਆ ਜਾਂਦੀ ਨੇ ਬੈਂਕ ਲੋਨ ਨਹੀਂ ਦਿੰਦੀ ਉਹ ਬੰਦਿਆਂ ਨੂੰ ਜੀ ਚਲੋ ਉਹਨਾਂ ਕੋਲ ਜੇ ਰਜਿਸਟਰੀਆਂ ਹੋਣਗੀਆਂ ਸਰ ਉਹ ਆਪਣੇ ਬੈਂਕ ਤੋਂ ਛੋਟੇ ਮੋਟੇ ਲੋਨ ਲੈ ਕੇ ਕੋਈ ਆਪਣਾ ਰੁਜ਼ਗਾਰ ਕੋਈ ਬਿਜ਼ਨਸ ਸ਼ੁਰੂ ਕਰ ਸਕਦੇ ਨੇ ਜੀ। ਜਿਹੜਾ ਬਿੱਲ ਮਾਫ਼ ਕਰਨ ਦੀ ਗੱਲ ਕੀਤੀ ਸੀ ਤੁਹਾਡੇ ਪਿੰਡਾਂ 'ਚ ਕੀ ਸਥਿਤੀ ਇਸ ਟਾਈਮ? ਸਥਿਤੀ ਸਰ ਠੀਕ ਹੈ ਜੀ ਬਿੱਲ ਮਾਫ਼ ਦਾ ਇੱਕ ਬਹੁਤ ਬਿੱਲ ਮਾਫ਼ ਹੋਏ ਲੋਕਾਂ ਦੇ ਕਿੰਨੇ ਕਿੰਨੇ ਹੋਏ ਤੁਹਾਡੇ ਪਿੰਡ ਦੀ ਗੱਲ? ਤਕਰੀਬਨ ਸਰ ਸਾਡੇ ਪਿੰਡ ਦੇ 5-6 ਹੈਗੇ ਨੇ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਬਿੱਲ ਨਹੀਂ ਭਰ ਸਕਦੇ ਸੀ ਉਹਨਾਂ ਨੂੰ ਬਹੁਤ ਬੜਾ ਇਹਦਾ ਸਰ ਫਾਇਦਾ ਹੋਇਆ ਜੀ। ਨਹੀਂ ਕਿਸੇ ਨੇ ਮਾਫ਼ ਕੀਤੇ ਵੀ ਨਹੀਂ ਕਿ ਹਜੇ ਤੱਕ ਪ੍ਰੋਸੀਜਰ ਹੀ ਆ? ਕਿਹੜੇ ਸਰ ਬਿਜਲੀ ਦੇ ਬਿੱਲ ਕਰ ਰਹੇ ਹੋ? ਨਹੀਂ ਸਰ ਉਹ ਬਿਜਲੀ ਦੇ ਬਿੱਲ ਤਾਂ ਮਾਫ਼ ਹੋ ਗਏ ਜੀ। ਹਾਂ ਵੀ ਪੁੱਛ ਰਿਹਾ ਵੀ ਕਿੰਨੇ ਕੁ ਤਕਰੀਬਨ ਸਰ 5-7 ਪਰਿਵਾਰ ਸੀ ਤਕਰੀਬਨ 12-13 ਹਜ਼ਾਰ ਰੁਪਏ ਇੱਕ ਦੀ ਪੈਂਡਿੰਗ ਸੀ ਉਹਨਾਂ ਦੱਸਿਆ ਵੀ ਸਾਨੂੰ ਇਸ ਵਾਰ ਬਿੱਲ ਨਹੀਂ ਆਇਆ ਸਰ। ਆਪਣੇ ਹਲਕੇ 'ਚ ਕਿੰਨੇ ਕੁ ਦਿੱਤੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਹਲਕਾ ਨਿਵਾਸੀਆਂ ਨੂੰ? ਮੈਂ ਹਲਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਊਂਗੀ। ਇਹ ਇੱਕ ਕਾਂਗਰਸ ਸਰਕਾਰ ਦਾ ਸਾਡੇ ਨਵੇਂ ਚੀਫ ਮਿਨਿਸਟਰ ਸਾਹਿਬ ਦਾ ਸਾਰੀ ਟੀਮ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਔਰ ਬਹੁਤ ਵੱਡੀ ਮੰਗ ਸੀ ਬਹੁਤ ਦੇਰ ਤੋਂ ਲਾਲਕੀਰ ਵਾਲੇ ਪਲੋਟਾਂ ਦੀ ਔਰ ਇਸ ਵਾਸਤੇ ਮੈਂ ਸਾਰੇ ਆਪਣੇ ਹਲਕੇ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦੀ। ਸੈਕਿੰਡਲੀ ਹੋਰ ਵੀ ਕਈ ਕੰਮ ਜਿਵੇਂ ਬਿਜਲੀ ਦੇ ਬਿੱਲ ਮਾਫ਼ ਕੀਤੇ ਪੁਰਾਣੇ ਔਰ ਜਦੋਂ ਵੀ ਅਸੀਂ ਪਿੰਡਾਂ ਵਿੱਚ ਜਾਂਦੇ ਸੀ ਸਪੈਸ਼ਲੀ ਮੈਂ ਜਦੋਂ ਵੀ ਜਾਂਦੀ ਸੀ ਸਾਰੇ ਪਿੰਡਾਂ ਵਿੱਚ ਇਹ ਗਰੀਬਾਂ ਦੀ ਮੰਗ ਸੀ ਕਿ ਸਾਡੇ ਬਿਜਲੀ ਦੇ ਬਿੱਲ ਬਹੁਤ ਪਏ ਹੈ ਕੋਈ 50 ਹਜ਼ਾਰ ਵੀ ਇਹ ਸਾਡੇ ਮਾਫ਼ ਕੀਤੇ ਜਾਣ ਔਰ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਔਰ ਆਉਣ ਵਾਲਾ ਸਮਾਂ ਦੱਸੇਗਾ ਕਾਂਗਰਸ ਸਰਕਾਰ ਨਵੀਂ ਜਿਹੜੇ ਵੀ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਔਰ ਹੋਰ ਬਹੁਤ ਸਕੀਮਾਂ ਗਰੀਬਾਂ ਵਾਸਤੇ ਔਰ ਸਾਰੇ ਵਾਸਤੇ ਲੈ ਕੇ ਆ ਰਹੇ ਹਾਂ ਔਰ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਮੈਮ ਅੱਜ ਚੈੱਕ ਡਿਸਟ੍ਰੀਬਿਊਸ਼ਨ ਹੋਇਆ ਕਿੰਨੇ ਜਿਹੜੇ ਲਾਭਪਾਤਰੀ ਹੈ ਜੀ? ਮੈਂ ਇੱਥੇ ਮੌਜੂਦ ਨਹੀਂ ਸੀ ਪਰ ਟੋਟਲ ਸਾਡੇ ਚੇਅਰਮੈਨ ਸਾਹਿਬ ਨਾਲ ਬੈਠੇ ਉਹਨਾਂ ਨੂੰ ਪਤਾ ਕਿੰਨੇ 61 ਲੱਖ ਦੇ ਚੈੱਕ ਅਸੀਂ ਵੰਡ ਚੁੱਕੇ ਹਾਂ ਔਰ ਜਿਹੜੇ ਵੀ ਪਿੰਡਾਂ ਵਿੱਚ ਕੋਆਪਰੇਟਿਵ ਸੁਸਾਇਟੀ ਦੇ ਛੋਟੇ 2 ਕਰੋੜ ਦੀ ਅੱਜ ਅਸੀਂ ਗ੍ਰਾਂਟ ਵੀ ਵੰਡੀ ਹੈ ਪਿੰਡਾਂ ਦੇ ਵਿੱਚ ਅਤੇ ਅਸੀਂ ਸਾਰੇ ਪਿੰਡ ਵਾਲਿਆਂ ਨੂੰ ਇੱਥੇ ਨਿਵਾਸੀਆਂ ਨੂੰ ਇਕੱਠੇ ਕੀਤਾ ਉਹਦੇ ਨਾਲ ਥੋੜ੍ਹਾ ਜਿਹਾ ਸਾਡਾ ਪਿੰਡ ਵਾਸੀਆਂ ਨਾਲ ਇੱਕ ਭਾਈਚਾਰਾ ਵੀ ਹੈ ਸਾਡਾ ਸਹਿਚਾਰ ਵੀ ਵੱਧਦਾ ਹੈ। ਮੈਂ ਵੀ ਇੱਥੇ ਮੌਜੂਦ ਹਾਂ MLA ਸਾਹਿਬ ਵੀ ਇੱਥੇ ਸੀ ਅਸੀਂ ਸਭ ਹੋਰ ਵੀ ਕੋਈ ਪ੍ਰੋਬਲਮਸ ਅਸੀਂ ਉਹ ਵੀ ਪਿੰਡਾਂ ਵਾਲਿਆਂ ਦੀਆਂ ਸੁਣੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਵੀ ਦੂਰ ਕਰਾਂਗੇ। ਮੈਮ ਤੁਸੀਂ ਹਲਕੇ ਸਮਾਣੇ ਦੀ ਨੁਮਾਇੰਦਗੀ ਕਰਦੇ ਰਹੇ ਹੋ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਨੇ ਸਨ ਹੁਣ 4 ਮੁੱਖ ਮੰਤਰੀ ਸਾਹਿਬ ਬਣੇ ਨੇ ਅਤੇ ਇਹਨਾਂ ਨਾਲ ਕਿੰਨਾ ਫਰਕ ਪੈ ਰਿਹਾ ਜੀ? ਐਸੀ ਕੁਛ ਗੱਲ ਨਹੀਂ ਹੈ ਉਸ ਸਮੇਂ ਵੀ ਬਹੁਤ ਕੰਮ ਹੋ ਰਹੇ ਸੀ ਟਾਈਮ ਲੱਗਦਾ 2 ਸਾਲ ਕੋਵਿਡ ਕਰਕੇ ਸਾਰਿਆਂ ਨੂੰ ਪਤਾ ਕਿ ਕੋਵਿਡ ਦੇ ਹੋਣ ਕਰਕੇ 2 ਸਾਲ ਬਹੁਤ ਜ਼ਿਆਦਾ ਅਸੀਂ ਲੇਟ ਹੋ ਗਏ ਬਿਕੋਜ਼ ਕੋਵਿਡ ਦੇ ਵਿੱਚ ਅਸੀਂ ਕੁਛ ਐਲਾਨ ਐਸੇ ਜਿਹੜੇ ਕੈਪਟਨ ਸਾਹਿਬ ਵੀ ਕਰਨਾ ਚਾਹੁੰਦੇ ਸੀ ਪਰ ਬਿਕੋਜ਼ ਆਫ ਦਾ ਸਿਚੁਏਸ਼ਨ ਨਹੀਂ ਕਰ ਸਕੇ ਪਰ ਹੁਣ ਸਿਚੁਏਸ਼ਨ ਹੋਰ ਹੈ ਕੋਵਿਡ ਘੱਟ ਹੈ ਔਰ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਵੀ ਕੋਵਿਡ ਨੂੰ ਬਹੁਤ ਅੱਛੀ ਤਰ੍ਹਾਂ ਸੰਭਾਲਿਆ ਔਰ ਤੁਹਾਡੇ ਸਾਹਮਣੇ ਹੈ ਦਿੱਲੀ ਵਿੱਚ ਕਿੰਨੀ ਹਾਹਾਕਾਰ ਮਚੀ ਬਾਕੀ ਸਟੇਟਾਂ 'ਚ ਕਿੰਨੀ ਹਾਹਾਕਾਰ ਮਚੀ ਪਰ ਆਪਣੇ ਪੰਜਾਬ ਦੇ ਵਿੱਚ ਔਰ ਸਪੈਸ਼ਲੀ ਹਲਕਾ ਸਮਾਣਾ ਦੇ ਵਿੱਚ ਤੁਸੀਂ ਕਿਤੇ ਵੀ ਤੁਹਾਨੂੰ ਨਜ਼ਰ ਨਹੀਂ ਆਇਆ ਹੋਊਗਾ ਕਿ ਕੋਈ ਹਾਹਾਕਾਰ ਮਚੀ ਹੈ। MLA ਸਾਹਿਬ ਆਪ ਜਦੋਂ ਕਰਫਿਊ ਲੱਗਾ ਹੋਇਆ ਸੀ ਆਪਣੀ ਗੱਡੀ ਆਪ ਚਲਾਉਂਦੇ ਸੀ ਲੋਕਾਂ 'ਚ ਜਾਂਦੇ ਸੀ ਜਿਸ ਚੀਜ਼ ਦੀ ਵੀ ਜ਼ਰੂਰਤ ਸੀ ਲੋਕਾਂ ਨੂੰ ਰਾਸ਼ਨ ਦੀ ਜੋ ਵੀ ਅਸੀਂ ਪ੍ਰੋਵਾਈਡ ਕੀਤਾ ਅਸੀਂ ਦੇਣਦਾਰ ਇਹਨਾਂ ਲੋਕ ਸਭ ਜਨਤਾ ਦੇ ਬਿਕੋਜ਼ ਇਸ ਜਨਤਾ ਨੇ MLA ਸਾਹਿਬ ਨੂੰ ਚੁਣਿਆ ਔਰ ਮੈਨੂੰ ਸਾਰੇ ਹੀ ਬਹੁਤ ਸਤਿਕਾਰਯੋਗ ਆਏ ਹੋਏ ਵੱਖ ਵੱਖ ਪਿੰਡਾਂ ਤੋਂ ਸਰਪੰਚ ਸਾਹਿਬ ਮੈਂਬਰ ਪੰਚਾਇਤ ਸਾਹਿਬਾਨ ਭੈਣੋ ਭਰਾਵੋ ਬਹੁਤ ਤੁਹਾਡਾ ਧੰਨਵਾਦ ਹੈ। ਸਾਡਾ ਇਹ ਉਪਰਾਲਾ ਰਿਹਾ ਕਿ ਵੱਧ ਤੋਂ ਵੱਧ ਪੈਸੇ ਲਿਆ ਕੇ ਹਲਕੇ ਦੇ ਪਿੰਡਾਂ ਦਾ ਸ਼ਹਿਰ ਸਮਾਣੇ ਦਾ ਵੱਧ ਤੋਂ ਵੱਧ ਵਿਕਾਸ ਕਰੀਏ। ਵੱਖ ਵੱਖ ਸਮੇਂ ਦੇ ਗ੍ਰਾਂਟਾਂ ਆਈਆਂ ਉਹਨਾਂ ਨੂੰ ਹੀ ਅੱਗੇ ਲਾ ਕੇ ਅਸੀਂ ਵਿਕਾਸ ਕਾਰਜ ਕਰਾਏ ਆ। ਪਿੰਡ ਤੋਂ ਆ ਜੀ ਸਾਡੇ ਪਿੰਡ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੀਆਂ
गलियां का काम रुकया हुआ है जी, वो MLA साहब ने अच्छे 5 लाख रुपया हो तो टोटल 19,62,000 रुपये की ग्रांट दी। अभी बहुत धन्यवाद करते हैं काका MLA रजिंदर सिंह जी। हाँ, की कहना चाहोगे होर किहड़े-किहड़े काम ने जिहड़े पिंड होने वाले? एक मोती राम मेहरा धर्मशाला जी, एक सीवरेज का थोड़ी जी दिक्कत है, अजे काम लिए सू होर ग्रांट चाहिए। MLA साहब ने विश्वास दवाया कि हम उसी जल्दी 15-20 लाख रुपये। पंजाब सरकार के ऐलानों किवें देखते हो जी? सर एक तो जो कच्चे घर सॉरी लाल कीर वाले मकाना लिए आया, जो रजिस्ट्री होगी वो बहुत श्लाघा योग कदम है। धन्यवाद करना है।